ओके बाय चाचू सतगुरु नानक प्रगटिया मिट्टी धुंद जग चानन हुआ जो कर सूरज निकलिया तारे छपे अंधेर पलुआ धन धन श्री गुरु नानक देव जी दे प्रकाश गुरपुरब दियां साडे वल्लों ते फ्रेश बाइट्स दी पूरी टीम वल्लों तुहानू सारयां नू लख लख वधाइयां होण जी वाहिगुरु जी सारयां नू चढ़दी कला च बख्शन एंड वाहिगुरु जी इदां ही सारयां ते मेहर भरे हथ बनाए रखन गुरु नानक साहब ने जिन्हां ने सानू किरत करनी सिखाई वंड के छकना सिखाया ते नाम बाणी जपण दी जो सानू सिख्या दित्ती ਇਹਦਾ ਦੇਣਾ ਅਸੀਂ ਨਹੀਂ ਦੇ ਸਕਦੇ ਪਰ ਅਸੀਂ ਕੋਸ਼ਿਸ਼ ਅਸੀਂ ਉਹ ਚੀਜ਼ ਪੂਰੀ ਤਰ੍ਹਾਂ ਨਿਭਾ ਵੀ ਨਹੀਂ ਸਕਦੇ ਪਰ ਹਾਂ ਅਸੀਂ ਆਪਣੀ ਡੇਲੀ ਰੂਟੀਨ 'ਚ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਨਾਮ ਵੀ ਜਪੀਏ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹੀਏ ਗੋਪੀ ਭਾਜੀ ਕੀ ਚੱਲ ਰਿਹਾ ਬਲੱਡ ਪੀਜ਼ਾ ਸਾਡੇ ਤੋਂ ਚੱਲ ਇਹ ਮੈਨੂੰ ਲੱਗਦਾ ਤੁਸੀਂ ਤਾਂ ਨਹੀਂ ਬਣਾਇਆ ਇਸ ਸ਼ਕਲ ਦੇਖ ਕੇ ਲੱਗ ਨਹੀਂ ਰਿਹਾ ਕਿ ਅੱਜ ਤੁਸੀਂ ਬਣਾਇਆ ਸੱਚੀ ਸੱਚੀ ਦੱਸੋ ਕਿੰਨੇ ਬਣਾਇਆ ਕਿੱਧਰ ਆ ਜਾਓ ਭਾਜੀ ਨੇ ਵੀ ਬਣਾਇਆ ਮੈਂ ਵੀ ਬਣਾਇਆ ਇਹਨਾਂ ਨੇ ਬਣਾਇਆ ਆਰ ਯੂ ਸ਼ੋਰ बाहर देखो गुरपुरब वाले दिन भी रौनक लगी हैं गुरु साहब की कृपा के नाल सारे पास तुम देख सकते हो गुरु साहब इतने बच्चे शाम बनाए रखन आई थिंक मेरे हिसाब से सारे भाजी सारे कितों आए हो तुम कि सिटी तो लोकल हो कपूरथले तो भाजी तुम कितों आए हो मेलबर्न तो मेलबर्न आस्ट्रेलिया क्या बात है एंड तुम भी जी न्यूजीलैंड तो भाजी ताई पहले वीडियो बना रहे हैं भाजी तुम कितों दियो दिल्ली से आप कहाँ से हो दिल्ली दिल्ली अब मोहन ठीक है जी तुसी इत्थे लोकल ही हो ठीक है जी सो तुसी देख लो गुरपुरब वाले दिन जी हाँ जी कल सवेरे 11 बजे कल सवेरे 11 बजे तुसी यूट्यूब तो होगे यूट्यूब का चैनल सहज अरोड़ा गुरप्रीत कौर के नाम तो है सब्सक्राइब कर लो चैनल आप राजस्थान से हो पिज्जा खाने आए हो ठीक है जी वो कहाँ पे साथ में वो बैलून लेके कहाँ पे घूम रही है अच्छा तो रौनक लगी है वाहेगुरु इदा ही रौनक लाए रखन ते इदा ही तुहाडे सारयां दा प्यार मिलदा रहे ते व्लॉग दे नाल तुसीं जुड़े रहो चैनल नूं जिन्हां ने सबसक्राइब नहीं किया होया चैनल नूं सबसक्राइब कर लो इधर मैनूं लगदा लुधियाने तो आए हो वीर जी तुसीं वीर जी हुणी आए ने समागम ते थोड़ी देर बाद असीं भी आ रहे हां समागम ते समागम इतने रैंट वाइज समागम चलता है नाल नाल बाय बाय इतनी जल्दी गलत बात है कौन सी 15 डेज में एक मिल गई 15 दिन में एक ज़्यादा हो गया ये तो कम है अभी ज़्यादा हो गई ये स्माइल क्यों कर रहे हैं मैं कुर्सियाँ देती किसी ने की सारे गल सारे पिज्जा मिल रहा ना इस टाइम करो फिर गल मैं पूछ भी नहीं आया आजा देख सकते हो वर्ल्ड फेमस कुल्हड़ पिज्जा अपने कुल्हड़ पिज़्ज़ा वनडे जा रहे हैं सारे ऑस्ट्रेलिया मेलबोर्न न्यूजीलैंड सारी वक्री वक्री कंट्रीज तो आए हुए हैं कस्टमर्स हैं गुरपुरब दिया सारे लख लख बधाई वाहेगुरु मेहर करे ਤੂੰ ਰੁਸੇ ਰਹਿਣਾ ਹੁੰਦਾ ਹੋ 24 ਘੰਟੇ ਕਿਹੜੇ ਹੋ ਵੀ ਹੁੰਦੇ ਆ 24 ਘੰਟੇ ਕਿਹਾ ਮੈਂ ਹੋ ਵੀ ਕਿਹਾ ਤੁਸੀਂ 24 ਘੰਟੇ ਕਿਹਾ ਮੈਂ ਸਾਰੇ ਸੁਣਦੇ ਪਏ ਨੇ ਆ 24 ਘੰਟੇ ਨਾ ਮੇਰੇ ਨਾਲ ਰੁਸੀ ਰਹਿੰਦੀ ਹੈ ਕਹਿੰਦੀ ਮੈਨੂੰ ਤੁਸੀਂ ਵਲੌਗ 'ਚ ਨਹੀਂ ਲੈਂਦੇ ਪਹਿਲੇ ਮੈਨੂੰ ਸੱਚੀ ਸੱਚੀ ਦੱਸਿਓ ਸਭ ਤੋਂ ਜ਼ਿਆਦਾ ਵਲੌਗ 'ਚ ਆਉਂਦਾ ਕੌਣ ਹੈ ਔਰ ਸਭ ਤੋਂ ਜ਼ਿਆਦਾ ਛਾਂਦਾ ਕੌਣ ਹੈ ਐਕਸਕਿਊਜ਼ ਮੀ ਚਲੋ ਤੁਸੀਂ ਸਾਰੇ ਕਮੈਂਟ ਕਰਕੇ ਤੁਸੀਂ ਆਪ ਔਰ ਇਹ ਚੀਜ਼ ਕੱਟਣੀ ਨਹੀਂ ਚਾਹੀਦੀ ਹੁਣ ਵਲੌਗ 'ਚ ਮੈਂ ਸੱਚੀ ਨਹੀਂ ਕੱਟਾਂਗਾ ਉੱਥੇ ਤੁਸੀਂ ਆਪ ਦੱਸਿਓ ਵਲੌਗ 'ਚ ਸਭ ਤੋਂ ਜ਼ਿਆਦਾ ਬੋਲਦਾ ਕੌਣ ਹੈ ਤੁਸੀਂ ਇਹ ਦੱਸੋ ਪੂਰੇ ਇੰਡੀਆ 'ਚ ਛਾਇਆ ਕੌਣ ਪਿਆ ਸਭ ਤੋਂ ਜ਼ਿਆਦਾ ਉਹ ਗੱਲ ਅਲੱਗ ਹੈ ਅੱਛਾ ਉਹ ਜਿਹੀ ਚੀਜ਼ ਅਲੱਗ ਹੈ ਸਾਡਾ ਫੇਸ ਹੀ ਇਦਾਂ ਦਾ ਕਿ ਅਸੀਂ ਉਦਾਂ ਹੀ ਛਾ ਜਾਂਦੇ ਆ
ਬਸ ਤੁਸੀਂ ਇਹ ਦੱਸਿਓ ਕਿ ਸਭ ਤੋਂ ਜ਼ਿਆਦਾ ਵਲੌਗ ਚ ਬੋਲਦਾ ਕੌਣ ਹੈ ਮੇਰੇ ਨਾਲ ਲੜਦੀ ਰਹਿੰਦੀ ਹੈ ਕਹਿੰਦੀ ਕਹਿੰਦੀ ਤੁਸੀਂ ਨਾ ਵਲੌਗ ਦੇ ਵਿੱਚ ਮੈਨੂੰ ਲੈਂਦੇ ਨਹੀਂ ਹੈਗੇ 40 ਤੋਂ ਉੱਤੇ ਵਲੌਗ ਬਣਾ ਚੁੱਕੇ ਆ 40 ਤੋਂ ਉੱਤੇ ਬਣਾ ਚੁੱਕੇ ਆ ਇੱਕ ਵਾਰ 40 ਦੇ 40 ਵਲੌਗ ਚ ਸੱਚੀ ਸੱਚੀ ਦੱਸਿਓ ਸਭ ਤੋਂ ਜ਼ਿਆਦਾ ਕੌਣ ਬੋਲਦਾ ਹੈ ਔਰ ਸਭ ਤੋਂ ਹਾਈਲਾਈਟਡ ਕੌਣ ਰਹਿੰਦਾ ਵਲੌਗ ਅਰੇ ਰਹਿਣ ਦੋ ਮੈਂ ਵਲੌਗ ਦੇ ਵਿੱਚ ਸਾਰਿਆਂ ਨਾਲ ਗੱਲਾਂ ਗੁੱਲਾਂ ਮਾਰ ਲੈਣਾ ਤੁਹਾਨੂੰ ਥੋੜੀ ਦੇਰ ਲਈ ਫੋਨ ਫੜਾ ਦੋ ਤੁਸੀਂ ਕਿਸੇ ਨਾਲ ਕੋਈ ਗੱਲ ਹੀ ਨਹੀਂ ਕਰਦੇ ਉਹ ਵਿਚਾਰੇ ਬੋਰ ਹੋ ਜਾਂਦੇ ਆ ਤਾਂ ਮੈਂ ਥੋੜੀ ਜੀ ਰੰਗਤ ਲਿਆਨਾ ਕੀ ਹੋਇਆ ਸੱਚ ਬੋਲਿਆ ਝੂਠ ਬੋਲਿਆ ਸੱਚ ਬੋਲਿਆ ਤੁਸੀਂ ਕੌੜਾ ਮੈਨੂੰ ਆਪਣੇ ਆਪ ਲੱਗ ਗਿਆ ਹਾਏ ਵਲੌਗ ਦੇ ਵਿੱਚ ਬੋਲਦੀ ਕੁਛ ਹੈ ਨਹੀਂ ਔਰ ਮੈਨੂੰ ਕਹਿੰਦੀ ਹੈ ਤੁਸੀਂ ਮੈਨੂੰ ਨਾ ਵਲੌਗ ਦੇ ਵਿੱਚ ਲੈਂਦੇ ਨਹੀਂ ਹੈਗੇ ਤੁਹਾਨੂੰ ਪਤਾ ਸਾਰੇ ਵਲੌਗ ਦੇ ਵਿੱਚ ਲੈਂਦੇ ਨਹੀਂ ਹੈਗੇ ਆ ਵਲੌਗ ਦੇ ਵਿੱਚ ਨਾਲ ਹੈ ਨਾ ਹੁਣ ਮੈਂ ਲੈਂਦੇ ਨਹੀਂ ਹੈਗੇ ਤਾਂ ਬੋਲਿਆ ਨਹੀਂ ਮੈਂ ਕਿ ਵਲੌਗ ਚ ਬੋਲਦੇ ਤੁਸੀਂ ਮੈਨੂੰ ਬੋਲਣ ਨਹੀਂ ਦਿੰਦੇ ਅੱਛਾ ਤੁਸੀਂ ਬੋਲੋ ਨਾ ਕੀ ਬੋਲਣਾ ਹੈ ਕਰੋ ਗੱਲਾਂ ਤਾਂ ਵੇਟ ਕਰ ਰਹੇ ਨੇ ਸਾਰੇ ਹੁਣ ਤਾਂ ਮੇਰਾ ਮੂਡ ਖਰਾਬ ਕਰਤਾ ਤੁਸੀਂ ਹੁਣ ਮੈਨੂੰ ਗੱਲਾਂ ਹੀ ਨਹੀਂ ਆ ਰਹੀਆਂ ਕੀ ਖਰਾਬ ਕਰਤਾ ਮੂੰਹ ਖਰਾਬ ਕਰਤਾ ਇੰਨਾ ਤਾਂ ਸੋਹਣਾ ਲੱਗਦਾ ਪਿਆ ਖਰਾਬ ਕਰਤਾ ਮੂਡ ਕਿਉਂ ਮੈਨੂੰ ਬੋਲਣ ਦਿੱਤਾ ਅੱਛਾ ਕੁਤਕਤੜੀਆਂ ਕੱਢੀਏ ਫੇਰ ਅਸਪੇਕ ਕੁਤਕਤੜੀਆਂ ਨਹੀਂ ਪਤਾ ਲੈ ਦੱਸ ਗੁਦਗੁਦੀ ਹੁੰਦਾ ਹੈ ਗੁਦਗੁਦੀ ਵੀ ਹੁੰਦਾ ਹੈ ਕੁਤਕਤੜੀਆਂ ਵੀ ਹੁੰਦਾ ਹੈ ਪੰਜਾਬੀ ਚ ਹੁੰਦਾ ਹੈ ਪੰਜਾਬੀ ਚ ਕੁਤਕਤੜੀਆਂ ਕਹਿੰਦੇ ਆ ਨਾ ਕਹਿੰਦੇ ਲੱਗੇ ਕੁੱਤੇ ਖਾਣੀ ਕੁੱਤੇ ਖਾਣੀ ਹੁੰਦਾ ਲੜਾਈ ਕਰਨਾ ਤੇਰੀ ਕੁੱਤੇ ਖਾਣੀ ਕਰਨੀ ਹੈ ਆ ਦੇਖ ਲਓ ਰਾਜਸਥਾਨ ਦੀ ਕੁੜੀ ਨੂੰ ਆਪਾਂ ਪੂਰੀ ਪੰਜਾਬੀ ਹੌਲੀ ਹੌਲੀ ਸਿਖਾ ਹੀ ਦੇਣੀ ਹੈ ਆਂਦੀ ਹੈ ਮੈਨੂੰ ਕੁਝ ਇੱਕ ਵਰਡਸ ਨਹੀਂ ਆਂਦੇ ਜਿਹੜੇ ਤੁਸੀਂ ਬੋਲਦੇ ਕੁਝ ਇੱਕ ਵਰਡਸ ਆਂਦੀ ਪਈ ਸੀਗੀ ਜਾਂਦੀ ਪਈ ਆਂਦੀ ਪਈ ਹੈਗੀ ਸੀਗੀ ਇਦਾਂ ਨਹੀਂ ਬੋਲਦੇ ਹਾਂ ਤੇ ਅਸੀਂ ਤੁਸੀਂ ਲੱਸੀ ਪੀ ਸੀ ਅਸੀਂ ਤੁਸੀਂ ਲੱਸੀ ਪੀ ਸੀ ਤੇ ਇਹ ਕਿਹਦਾ ਟੋਹਾ ਪਾਟਾ ਹੈ ਨਾ ਲਾਂਗਾ ਜਾਂਦਾ ਹੈ ਨਾ ਟਾਪਾ ਜਾਂਦਾ ਇਹ ਕਿੱਦਾਂ ਦੀ ਪੰਜਾਬੀ ਬੋਲਦੀ ਹੈ ਯਾਰ ਵਿੱਚ ਵਿੱਚ ਥੋੜਾ ਜਿਹਾ ਲੈਂਗੁਏਜ ਟੱਚ ਰਾਜਸਥਾਨੀ ਦੇ ਦਿੰਦੀ ਹੈ ਹਨਾ ਆਂਦਾ ਮੇਰੇ ਪੰਜਾਬੀ ਚ ਲੈਂਗੁਏਜ ਮੈਨੂੰ ਸਾਰੇ ਜਿੰਨੇ ਕਸਮ ਹੈ ਨਾ ਮੈਨੂੰ ਸਭ ਕਹਿੰਦੇ ਕਹਿੰਦੇ ਤੁਸੀਂ ਜੈਪੁਰ ਰਾਜਸਥਾਨ ਤੋਂ ਜੈਪੁਰ ਤੁਸੀਂ ਲੱਗਦੇ ਨਹੀਂ ਇੰਨੀ ਸੋਹਣੇ ਤੋਂ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸਿਖਾਤੀ ਨਾ ਮੈਂ ਕਦੇ ਥੈਂਕ ਯੂ ਬੋਲਿਆ ਜਦੋਂ ਸਾਰੇ ਆ ਕੇ ਤੈਨੂੰ ਐਪਰੀਸ਼ੀਏਟ ਕਰਦੇ ਤੁਸੀਂ ਸਿਖਾਈਏ ਫਿਰ ਵੀ ਮੇਰੀ ਬੇਇੱਜ਼ਤੀ ਕਰੀ ਯਾਰ ਮਤਲਬ ਆਪਣੀ ਬੇਇੱਜ਼ਤੀ ਕਰ ਰਹੇ ਨਾ ਇਸ ਤਰ੍ਹਾਂ ਹਾਂ ਕੱਢ ਮੇਰੀ ਚਲੋ ਹੁਣ ਤੁਸੀਂ ਬੈਠੋ ਥੋੜੀ ਦੇਰ ਮੈਂ ਬਾਹਰ ਗੱਲਾਂ ਮਾਰ ਲਾਂ ਮੈਂ ਹੀ ਕਿਹਾ ਬਾਹਰ ਜਾਣ ਮਤਲਬ ਮੈਂ ਮੈਨੂੰ ਐਪਰੀਸ਼ੀਏਸ਼ਨ ਨਾ ਲੈਣ ਦਈਓ ਕਿਸੇ ਤੋਂ ਕਿਉਂ ਲੈਣਾ ਤੁਸੀਂ ਝੂਠੇ ਐਪਰੀਸ਼ੀਏਸ਼ਨ ਸੱਚੇ ਐਪਰੀਸ਼ੀਏਸ਼ਨ ਲਓ ਨਾ ਆ ਦੇਖ ਲਓ ਸ਼ਰੇਆਮ ਤੁਹਾਡੇ ਭਰਾ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਸਾਰਿਆਂ ਦੇ ਭਰਾ ਉਹ ਨਾ ਪੱਕਾ ਜੇ ਜੰਨਤ ਫਿਰ ਵਲੌਗ ਦੇਖ ਰਹੀ ਹੈ ਤਾਂ ਯਾਰ ਜੰਨਤ ਨੂੰ ਪਤਾ ਨਹੀਂ ਕਿਉਂ ਘਸੀਟ ਰਹੇ ਨੇ ਜੰਨਤ ਇੰਨਾ ਵਿਲੀ ਨਹੀਂ ਹੈਗੀ ਕਿ ਮੇਰਾ ਵਲੌਗ ਵੇਖੇ ਅਸੀਂ ਮਿਲ ਲਿਆ ਮਤਲਬ ਜਿਹੜੇ ਵੇਖ ਰਹੇ ਹੋ ਮਿਲ ਲਿਆ ਦਾ ਮਤਲਬ ਨਹੀਂ ਉਹ ਤੇ ਸਾਡੇ ਭਰਾ ਨੇ ਪਰਿਵਾਰ ਮੈਂਬਰ ਨੇ ਮਤਲਬ ਇਹ ਗੱਲ ਕਿਉਂ ਆਈ ਕਿ ਜੰਨਤ ਨੇ ਵੇਲੀ ਨਹੀਂ ਹੈਗੀ ਕਿ ਸਾਡੇ ਵਲੌਗ ਯਾਰ ਜੰਨਤ ਫਿਰ ਤੁਸੀਂ ਪਤਾ ਕਿ ਐਕਚੁਅਲ ਦੇ ਵਿੱਚ ਨਾ ਮੇਰੀ ਫੇਵਰੇਟ ਹੈ ਆਰਟਿਸਟ ਹੈ ਮੈਂ ਛੋਟੇ ਜਦੋਂ ਛੋਟੀ ਜੀ ਸੀ ਉਦੋਂ ਤੋਂ ਦੇਖਦਾ ਆ ਰਹੇ ਹਾਂ ਵਾਰ ਵਾਰ ਤੁਸੀਂ ਹਰ ਗੱਲ ਦੇ ਵਿੱਚ ਜੰਨਤ ਨੂੰ ਕਿਉਂ ਘਸੀਟ ਲਿਆਉਂਦੇ ਹੋ ਤੁਸੀਂ ਕਹਿੰਦੇ ਸਾਰੇ ਤੁਹਾਡੇ ਭਰਾ ਭੈਣ ਹੈ ਮੈਂ ਤਾਂ ਯਾਰ ਟੌਪਿਕ ਤੁਸੀਂ ਕਿੱਥੋਂ ਲੈ ਗਏ ਆ ਜੰਨਤ ਤੋਂ ਘੱਟ ਹੈ ਸਾਡੀ ਆ ਮੇਰੀ ਜੰਨਤ ਜੰਨਤ ਤੋਂ ਘੱਟ ਹੈ ਮੇਰੀ ਜੰਨਤ ਹੁਣ ਵੀ ਕੰਪੈਰੀਸ਼ਨ ਅਰੇ ਕੰਪੈਰੀਸ਼ਨ ਨਹੀਂ ਕਰ ਰਹੇ ਮਤਲਬ ਜੰਨਤ ਤੋਂ ਚਾਰ ਕਦਮ ਵੱਧ ਕੇ ਹੀ ਹੈ ਫਿਰ ਕੰਪੈਰੀਸ਼ਨ ਨਹੀਂ ਮਤਲਬ ਬਹੁਤ ਵਧੀਆ ਹੈ ਬਹੁਤ ਸੋਹਣੀ ਹੈ ਹੋ ਗਿਆ ਠੀਕ ਹੈ ਜਾਵਾਂ ਬਾਹਰ ਓਕੇ ਲੋਏ ਲੋਏ ਨਿਕਲੋ ਲੋਏ ਲੋਏ ਪਹਿਲਾਂ ਉਹਨਾਂ ਨੂੰ ਦੇਖਿਓ ਆ ਤਿੰਨ ਆਕਾਸ਼ ਦੇ ਅੱਛਾ ਪਹਿਲੇ ਮੈਨੂੰ ਇਹ ਗੱਲ ਦੱਸੋ ਤੁਹਾਡੇ ਦੋਨਾਂ ਚੋਂ ਚਾਚੂ ਕੌਣ ਹੈ ਭਤੀਜਾ ਕੌਣ ਹੈ ਇਹ ਚਾਚੂ ਹੈ ਮੈਂ ਭਤੀਜਾ ਇਹ ਚਾਚੂ ਹੈ ਮੈਂ ਭਤੀਜਾ ਤੂੰ ਭਤੀਜਾ ਮੈਂ ਤਾਂ ਲੱਗੇ ਕਹਿ ਰਿਹਾ ਮੈਂ ਪਪੀਤਾ ਅੱਛਾ ਛੋਟਾ ਕੌਣ ਹੈ ਦੋਨਾਂ ਚੋਂ ਇਹ ਛੋਟਾ ਹੈ ਤੁਸੀਂ ਵੱਡੇ ਹੋ ਇਹਨਾਂ ਤੋਂ ਠੀਕ ਹੈ ਤੁਸੀਂ ਇਹਨੂੰ ਚਾਚੂ ਬੋਲਦੇ ਹੋ ਚਾਚੂ ਬੋਲਦੇ ਹੋ ਨਹੀਂ ਬੋਲਦੇ ਕੀ ਬੋਲਦੇ ਹੋ ਰਣਜੀਤ ਰਣਜੀਤ ਇਹ ਤੁਸੀਂ ਇਹਨਾਂ ਨੂੰ ਚਾਚੂ ਬੋਲਦੇ ਹੋ ਨਹੀਂ ਮੈਂ ਇਸ ਨੂੰ ਗੁਰਪ੍ਰਤਾਪ ਵੀ ਬੋਲਦਾ ਗੁਰਪ੍ਰਤਾਪ ਵੀ ਬੋਲਦੇ ਹੋ ਚਾਚੂ ਕੋ ਚਾਚੂ ਨਹੀਂ ਬੋਲਦੇ ਅਰੇ ਉਹ ਭਤੀਜਾ ਹੈ ਯਾਰ ਮੈਂ ਹੀ ਕਨਫਿਊਜ਼ ਹੋ ਜਾਂਦਾ ਦੋਨਾਂ ਵਿੱਚ ਤੁਹਾਡਾ ਨਾਮ ਕੀ ਇੱਕ ਵਾਰੀ ਦੱਸੋ ਮੇਰਾ ਨਾਮ ਹੈ ਗੁਰਪ੍ਰਤਾਪ ਮੇਰਾ ਨਾਮ ਹੈ ਰਣਵੀਰ 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 ਸਿੰਘ ਰਣਵੀਰ ਸਿੰਘ ਕੀ ਰਣਵੀਰ ਅੱਛਾ ਵਲੌਗ ਵੀ ਬਣਾਉਂਦਾ ਰਣਵੀਰ ਹਾਂਜੀ ਇਹ ਬਣਾਤਾ ਹੈ ਨਾ ਉਹ ਬੋਲ ਤਾਂ ਰਹੇ ਹੈ ਇਹ ਵੀਡੀਓ ਬਣ ਬਸ ਵੀਡੀਓ ਕਰਤਾ ਹੈ ਅੱਛਾ ਸਮਾਈਲ ਯਾਰ ਮੇਰੇ ਕੋ ਡਰ ਲੱਗ ਰਿਹਾ ਹੈ ਚਾਚਾ ਨਾ ਵੱਡੇ ਵਾਲਾ ਆਖੇ ਇਤਨੀ ਬੜੀ ਬੜੀ ਕਰਕੇ ਡਰਾ ਰਹੇ ਹੋ ਮੇਰੇ ਕੋ ਰਹਿ ਰਿਹਾ ਉਹਦੇ ਵਿੱਚ ਅੱਛਾ ਰਹਤੇ ਕਹਾਂ ਪਿਓ ਆਪ ਬਸੰਤਾ ਲੈਣੀ 2 3 3
अच्छा पूरा एड्रेस है। अरे बताओ बताओ पूरा एड्रेस बताओ, सारे तुम्हारे घर पे आ जाएंगे ना फिर। 2332 पक्का एड्रेस बता देना। इसका नाम सुनिए ना, मुझे अपना नहीं याद। अच्छा अपना एड्रेस नहीं याद? मुझे याद है। चाचू को एड्रेस नहीं याद? मुझे याद है एड्रेस। ये भतीजा है। अच्छा ये चाचू है पर ये छोटा है, ये भतीजा है पर ये बड़ा है ना। दोनों सेम स्कूल में पढ़ते हो? सेम क्लास में? चलो फिर एक बार जयकारा लगाओ जोर से। लगाना जयकारा कैसे लगाते हैं? बोले सोने हाल वाला बोलो बोलो जोर से बोलो। चल तू लगा। बोले सोने हाल सत श्री अकाल। अब आपकी बारी। बोले सोने हाल सत श्री अकाल। अच्छा गुरुपुरब को विश करो, सभी को गुरुपुरब विश करो आज। हैप्पी गुरुपुरब। गुरु नानक देव जी दे प्रकाश पुरब दिया सब नु लख लख बधाइयां। थैंक यू। तुसी फोटो करनी कर लो, आ जाओ। ये चाचा जी हैं, ये भतीजा जी हैं। नहीं हाँ ये चाचा जी हैं, मैं भतीजा हूँ। तू भतीजा है? अच्छा नहीं तू चाचा है, तू बड़ा नहीं? दो मिनट मैं बड़ा हूँ लेकिन चाचा मैं भतीजा। तू तो हुने तक है कि तू बड़ा है। मैं बड़ा हूँ लेकिन मैं भतीजा। अच्छा तुसी बड़े हो पर तुसी चाचा जी नहीं हो। बड़ा भतीजा कितना हो गया, बड़ा तो चाचा हो गया। ये बाद में पैदा हुए, मैं पहले था। अच्छा अच्छा ओके बाय चाचू। मैं चाचू नहीं हूँ। तो चाचू कौन है? चाचू भाग गए, वो चाचू भाग गए। वाहेगुरु जी का खालसा, वाहेगुरु जी की फतेह। बाय बाय भतीजा जी। तुम कर लाख कोट
फाइनली गुरु साहब के दर्शन करके गुरु घर के दर्शन करके असं आ गया घर। तो गुरपुरब दिया सारे लख लख अगेन फिर तो बधाई बहुत बहुत बधाई हो। वाहेगुरु जी इदा ही सारे ते मेहर बनाए रखन। सारे किरत करो, नाम जपो, तो वंड छको। जो उन्होंने तीन चीज़ा सब तो पहले मैसेज दते ने, तो उस मैसेज उत्ते आप हौली 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 खरे उतरन की कोशिश करिए। सारे इदा ही जुड़े रहन, वाहेगुरु की कृपा रवे सारिया। वाहेगुरु जी हुई भुला जड़ियाँ असं करते हैं उन्होंने बख्श लैन, तो इदा ही प्यार बनाए रखें। तो अज्ज के व्लॉग का आप इतने करते हैं एंड। एंड तुसी जिन्होंने चैनल में सबसक्राइब नहीं किया तो प्लीज़ चैनल में सबसक्राइब कर लो एंड वध तो वध वीडियोज़ में शेयर करो। थैंक यू सो मच। बाय बाय। गुड नाइट।